ਕਾਲਜ ਦੇ ਵਿੱਚ ਕੰਮ ਕਰਦਾ ਸੀ। ਆਪਣੇ ਖਿਆਲ ਕਿੱਥੋਂ ਆਇਆ ਕਿ ਆਰਟ ਗਰੁੱਪ ਬਣਾਇਆ ਜਾਵੇ ਜਿਹਦੇ ਵਿੱਚ ਕੈਲੀਗ੍ਰਾਫੀ ਦੇ ਸਕੈਚ ਦਾ ਕੰਮ ਕਰਦਾ ਜਾ ਕੇ ਜਿਉਣਾ ਦਾ ਬਠਿੰਡਾ ਤੇ ਵਿਰਾਸਤੀ ਮੇਲਾ ਲੱਗਿਆ ਉੱਥੇ ਵੀ ਜਾ ਕੇ ਇੱਕ ਸ਼ੌਕ ਆਇਆ ਜਾਂ ਕੋਈ ਇਸ ਨੂੰ ਤੁਸੀਂ ਇੱਕ ਕਿੱਤੇ ਵਜੋਂ ਦੇਖਦੇ ਜਿਹੜੇ ਸਟੂਡੈਂਟ ਦਾ ਜਿਸ ਸਟ੍ਰੀਮ ਦੇ ਵਿੱਚ ਹੱਥ ਵਧੀਆ ਹੁੰਦਾ ਫਿਰ ਉਸ ਨੂੰ ਉਸ ਦੀ ਜ਼ਿਆਦਾ ਪ੍ਰੈਕਟਿਸ ਕਰਵਾਈ ਜਾਂਦੀ ਹੈ। ਮੁਸ਼ਕਿਲ ਨਹੀਂ ਆਉਂਦੀ, ਮੁਸ਼ਕਿਲ ਉਦੋਂ ਆਉਂਦੀ ਹੈ ਜਦੋਂ ਮਤਲਬ ਵਿਸ਼ੇਸ਼ ਲੋਕਾਂ ਨੇ ਸਕੈਚ ਬਣਾਉਣਾ ਹੈ ਜੀ। ਆਪਣੇ ਕੋਲ ਇੱਥੇ ਸਕੈਚ ਪਿਆ, ਇੱਕ ਕਵਰ ਗਰੇਵਾਲ ਦਾ ਸਕੈਚ, ਤੁਸੀਂ ਫੋਟੋ ਤੇ ਬਣਾਇਆ ਹੋਏਗਾ। ਹਾਂਜੀ, ਤੇ ਪ੍ਰਮਾਤਮਾ ਤੁਹਾਡੇ ਗਰੁੱਪ ਨੂੰ ਚੜ੍ਹਦੀ ਕਲਾ ਬਖਸ਼ੇ। ਮੈਨੂੰ ਵੀ ਬਹੁਤ ਚੰਗਾ ਲੱਗਿਆ ਕਿ ਤੁਸੀਂ ਆ ਕੇ ਸਾਡਾ ਇੰਟਰਵਿਊ ਲਿਆ। ਤਾਂ ਉਹੀ ਬਣਾਉਣਾ ਚਾਹੀਦਾ ਜਿਹਦੇ ਵਿੱਚ ਸ਼ੌਕ ਹੋਵੇ। ਮੇਲਾ ਜਾਗਦੇ ਜੁਗਨੂਆਂ ਦਾ ਬਰਨਾਲਾ ਵਿਖੇ ਇਹ ਮੇਲਾ ਵੇਖਦੇ ਵੇਖਦੇ ਸਾਡੀ ਨਿਗਾਹ ਇੱਕ ਸਜੀ ਹੋਈ ਸਟਾਲ 'ਤੇ ਪਈ ਜਿੱਥੇ ਚਾਰ ਪੰਜ ਲੜਕੇ ਬੈਠੇ ਹੋਏ ਸਨ ਅਤੇ ਉਹਨਾਂ ਨੇ ਬਹੁਤ ਹੀ ਸੁੰਦਰ ਸੁੰਦਰ ਪੇਂਟਿੰਗ ਆਪਣੀ ਦੁਕਾਨ 'ਤੇ ਸਜਾਈਆਂ ਹੋਈਆਂ ਸਨ। ਇਹ ਸੁੰਦਰ ਪੇਂਟਿੰਗ ਵੇਖ ਕੇ ਸਾਡਾ ਦਿਲ ਕੀਤਾ ਕਿ ਉਹਨਾਂ ਨਾਲ ਗੱਲਬਾਤ ਕਰੀਏ। ਸਾਡੇ ਮੌਜੀ ਬੰਦੇ ਗਰੁੱਪ ਦੇ ਮੈਂਬਰ ਉਹਨਾਂ ਦੀ ਸਟਾਲ 'ਤੇ ਚਲੇ ਗਏ ਤਾਂ ਸਾਡੇ ਗਰੁੱਪ ਦੇ ਮੈਂਬਰ ਪ੍ਰੋਫੈਸਰ ਗੁਰਜੀਤ ਸਿੰਘ ਮਾਨ ਨੇ ਉਹਨਾਂ ਨਾਲ ਗੱਲਬਾਤ ਕੀਤੀ। ਸਰ, ਅਸੀਂ ਅਲੱਗ ਅਲੱਗ ਸਿਟੀਜ਼ ਤੋਂ ਬਿਲੋਂਗ ਕਰਦੇ ਹਾਂ, ਜਿਵੇਂ ਕਿ ਸਾਡੇ ਗਰੁੱਪ ਨਾਲ ਤੁਹਾਨੂੰ ਇੱਕ ਵਾਰੀ ਸਾਂਝਾ ਜਾਣਕਾਰੀ ਕਰਵਾ ਦਈਏ। ਇਹ ਰਵਿੰਦਰ ਸਿੰਘ ਵੀਰ ਜੀ ਹੈ, ਇਹ ਮੋਗੇ ਤੋਂ ਹੈ ਜੀ, ਇਹ ਰਾਜ ਚੌਹਾਨ ਜੀ ਸਰਸਾ ਤੋਂ ਹੈ, ਉਹ ਪੰਨਾਜ਼ਾ ਰਾਣੀ ਉਹ ਫਾਜ਼ਿਲਕਾ ਤੋਂ ਮੇਰੇ ਨਾਲ ਹੀ ਸੀ, ਮੇਰੀ ਜੂਨੀਅਰ ਸੀ, ਤਾਂ ਉਹਨੂੰ ਵੀ ਅਸੀਂ ਇਸ ਗਰੁੱਪ ਵਿੱਚ ਸ਼ਾਮਿਲ ਕੀਤਾ। ਸਰ, ਅਸੀਂ ਇਕੱਠੇ ਸਟੂਡੈਂਟ ਸੀ ਪਹਿਲਾਂ, ਮਤਲਬ ਕਿ ਗਰੁੱਪ ਇਕੱਠਾ ਕਾਲਜ ਦੇ ਵਿੱਚ ਕੰਮ ਕਰਦਾ ਸੀ। ਉਸ ਤੋਂ ਬਾਅਦ ਸਾਨੂੰ ਪ੍ਰੇਰਣਾ ਮਿਲੀ ਕਿ ਮੇਲਿਆਂ ਦੇ ਵਿੱਚ ਅਸੀਂ ਆਪਦੀ ਐਵੇਂ ਪ੍ਰਦਰਸ਼ਨੀ ਲਾ ਕੇ ਲੋਕਾਂ ਵਿੱਚ ਜਾਗਰੂਕ ਹੋ ਸਕਦੇ ਹਾਂ, ਸੋ ਅਸੀਂ ਮੇਲਿਆਂ ਦੇ ਕੰਮ ਸ਼ੁਰੂ ਕੀਤਾ ਜੀ। ਤੁਹਾਨੂੰ ਇਹ ਖਿਆਲ ਕਿੱਥੋਂ ਆਇਆ ਕਿ ਆਰਟ ਗਰੁੱਪ ਬਣਾਇਆ ਜਾਵੇ ਜਿਹਦੇ ਵਿੱਚ ਕੈਲੀਗ੍ਰਾਫੀ ਦੇ ਸਕੈਚ ਦਾ ਕੰਮ ਕੀਤਾ ਜਾਵੇ? ਸਰ, ਮਤਲਬ ਕਿ ਅਸੀਂ ਉੱਥੇ ਜਦੋਂ ਇਕੱਠੇ ਕੰਮ ਕਰਦੇ ਸੀ ਤਾਂ ਹੋਰ ਵੀ ਬਹੁਤ ਜ਼ਿਆਦਾ ਸਟੂਡੈਂਟ ਸੀ, ਪਰ ਸਾਡੀ ਆਪਸ ਵਿੱਚ ਬੋਂਡਿੰਗ ਬਹੁਤ ਵਧੀਆ ਬਣੀ, ਤਾਂ ਉਹ ਤੋਂ ਸਾਨੂੰ ਪ੍ਰੇਰਣਾ ਮਿਲੀ ਕਿ ਅਸੀਂ ਮਿਲ ਕੇ ਕੰਮ ਕਰ ਸਕਦੇ ਹਾਂ, ਕਿਉਂਕਿ ਅਲੱਗ ਅਲੱਗ ਜੇ ਮੰਨ ਲਓ ਇਕੱਲੇ ਸਕੈਚ ਦਾ ਕੰਮ ਲਾਇਆ ਹੋਊਗਾ ਤਾਂ ਜੋ ਸਕੈਚ ਦੇ ਚਾਹਵਾਨ ਆ ਉਹੀ ਆਉਣਗੇ, ਜੇ ਕੈਲੀਗ੍ਰਾਫੀ ਦਾ ਲਾਇਆ ਜੋ ਕੈਲੀਗ੍ਰਾਫੀ ਦੇ ਉਹੀ ਚਾਹਵਾਨ ਆਉਣਗੇ, ਪਰ ਜੇ ਅਸੀਂ ਗਰੁੱਪ ਬਣਾ ਕੇ ਕਰਾਂਗੇ ਤਾਂ ਅਲੱਗ ਅਲੱਗ ਪ੍ਰਕਾਰ ਦੇ ਲੋਕ ਸਾਡੇ ਨਾਲ ਜੁੜਨਗੇ। ਸਹਿਲ, ਤੁਸੀਂ ਇਹਦੀ ਕੋਈ ਬਕਾਇਦਾ ਟ੍ਰੇਨਿੰਗ ਵੀ ਲਈ ਹੈ ਸਕੈਚ ਬਣਾਉਣ ਦੀ ਜਾਂ? ਹਾਂਜੀ ਸਰ, ਕੈਲੀਗ੍ਰਾਫੀ ਦੀ, ਸਕੈਚਿੰਗ ਵਗੈਰਾ ਦੀ, ਪੇਂਟਿੰਗ ਦੀ ਅਸੀਂ ਟ੍ਰੇਨਿੰਗ ਸਰ ਉੱਥੋਂ ਮੋਗੇ ਤੋਂ ਲਈ ਸੀ ਸਤਨਾਮ ਸਿੰਘ ਸਰ ਤੋਂ, ਬਾਕੀ ਕਲਾਸਿਸ ਸਾਡੀਆਂ ਗੁਰੂ ਕਾ ਸ਼੍ਰੀ ਯੂਨੀਵਰਸਿਟੀ ਤਲਵੰਡੀ ਸਾਹਿਬ ਫਾਈਨ ਆਰਟ ਦੀਆਂ ਲੱਗ ਰਹੀਆਂ। ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਕੰਮ ਸ਼ੁਰੂ ਕੀਤਾ? ਇਹ ਕੰਮ ਕੀਤੇ ਨੂੰ ਸਰ ਸਾਨੂੰ ਸਾਲ ਦੇ ਨੇੜੇ ਹੋ ਗਿਆ, ਪਿੱਛੇ ਵੀ ਅਸੀਂ ਮੇਲਾ ਜਾਗਦੇ ਜੁਗਨਾ ਦਾ ਬਠਿੰਡਾ ਤੇ ਵਿਰਾਸਤੀ ਮੇਲਾ ਲੱਗਿਆ ਉੱਥੇ ਵੀ ਜਾ ਕੇ ਆਏ ਸੀ ਸਟੇਡੀਅਮ ਦੇ ਵਿੱਚ ਬਠਿੰਡਾ ਚ। ਤੁਹਾਡਾ ਇਹ ਕੰਮ ਇੱਕ ਸ਼ੌਕ ਹੈ ਜਾਂ ਕੋਈ ਇਸ ਨੂੰ ਤੁਸੀਂ ਇੱਕ ਕਿੱਤੇ ਵਜੋਂ ਦੇਖਦੇ? ਸਰ, ਇਹ ਸਾਡੇ ਸ਼ੌਂਕ ਵੀ ਆ ਤੇ ਕਿੱਤਾ ਵੀ ਆ, ਦੋਵੇਂ ਆ, ਅਸੀਂ ਪ੍ਰੋਫੈਸ਼ਨਲ ਵੀ ਇਹੀ ਕੰਮ ਕਰਨਾ ਜੀ ਤੇ ਨਾਲ ਨਾਲ ਸਾਡਾ ਕਿੱਤਾ ਵੀ ਚੱਲ ਰਿਹਾ, ਜਿਵੇਂ ਕਿ ਉਹਨਾਂ ਦੀ ਸਟੱਡੀ ਕਰ ਰਿਹਾ ਸਰ, ਸਟੱਡੀ ਦੇ ਨਾਲ ਨਾਲ ਜੇ ਤੇ ਸਾਨੂੰ ਮਤਲਬ ਕਿ ਚਾਰ ਪੈਸੇ ਬਣਦੇ ਆ, ਸਾਡਾ ਪ੍ਰੋਫੈਸ਼ਨਲ ਚੱਲਦਾ, ਮਤਲਬ ਕਿ ਨਾਲ ਨਾਲ ਸਾਡੀ ਇਨਕਮ ਸੋਰਸ ਚੱਲ ਰਿਹਾ, ਤਾਂ ਉਸ ਚੀਜ਼ ਨਾਲ ਸਾਨੂੰ ਫੀਸ ਭਰਨ ਚ ਸੁੱਖ ਹੁੰਦਾ ਜੀ, ਵੀ ਘਰੋਂ ਸਾਨੂੰ ਪੈਸੇ ਨੀ ਮੰਗਵਾਉਣੇ ਪੈਂਦੇ, ਨਹੀਂ ਤਾਂ ਫਿਰ ਘਰਦੇ ਕਹਿੰਦੇ ਆ ਵੀ ਤੁਸੀਂ ਇਹ ਵਿਹਲਾ ਕੰਮ, ਨਹੀਂ ਤਾਂ ਵਿਹਲਾ ਕੰਮ ਕਹਿੰਦੇ ਆ ਜੀ। ਸਕੈਚ ਜਿਹੜਾ ਤੁਸੀਂ ਬਣਾਉਂਦੇ ਹੋ, ਹਾਂਜੀ ਸਰ, ਸਕੈਚ ਦੇ ਵਿੱਚ ਉਹ ਕਿਹੜੀ ਜਿਹੜੀ ਕਲਾ ਹੈ ਜਿਹਦੇ ਨਾਲ ਤੁਸੀਂ ਅਗਲੇ ਨੂੰ ਹੂਬਹੂ ਉਸ ਰੂਪ ਦੇ ਸਕਦੇ ਹੋ? ਸਰ, ਸਕੈਚ ਬਣਾਉਣ ਲਈ ਸਭ ਤੋਂ ਪਹਿਲਾਂ ਆਪਦਾ ਆਈਸ ਕੰਟੈਕਟ ਸੈੱਟ ਕਰਨਾ ਪੈਂਦਾ ਕਿ ਆਪਾਂ ਜਿਸ ਵਿਅਕਤੀ ਨੂੰ ਦੇਖ ਰਹੇ ਹਾਂ ਉਹਦੇ ਕਿਸ ਸਾਈਡ ਤੇ ਸ਼ੈਡੋ ਪੈ ਰਹੀ ਹੈ, ਕਿਸ ਸਾਈਡ ਤੋਂ ਲਾਈਟ ਪੈ ਰਹੀ ਹੈ, ਉਸ ਚੀਜ਼ ਨੂੰ ਜੋ ਧਿਆਨ ਨਾਲ ਦੇਖਦੇ ਆ ਤਾਂ ਸਾਨੂੰ ਆਪ ਆਟੋਮੈਟਿਕ ਨੇੜੇ ਤੇ ਦੂਰੀ ਦਾ ਵੀ ਫਰਕ ਪਤਾ ਲੱਗਣ ਲੱਗ ਜਾਂਦਾ ਹੈ। ਜਿਹੜੀ ਤੁਸੀਂ ਇਹ ਕੈਲੀਗ੍ਰਾਫੀ ਕਰਦੇ ਹੋ, ਹਾਂਜੀ, ਕੈਲੀਗ੍ਰਾਫੀ ਕਰਨ ਦਾ ਸ਼ੌਕ ਪਹਿਲਾਂ ਪਿਆ ਕਿ ਸਕੈਚ ਬਣਾਉਣ ਦਾ? ਸਰ, ਪਹਿਲਾਂ ਮਤਲਬ ਕਿ ਸਕੈਚਿੰਗ ਕਰਦੇ ਸਟੂਡੈਂਟ ਉੱਥੇ ਮਤਲਬ ਕਿ ਨਾ ਸਾਨੂੰ ਸਾਰੇ ਤਰ੍ਹਾਂ ਦੀਆਂ ਚੀਜ਼ਾਂ ਕਰਵਾਈਆਂ ਜਾਂਦੀਆਂ ਜੀ, ਕੈਲੀਗ੍ਰਾਫੀ ਵੀ ਕਰਾਉਂਦੇ ਆ, ਕਲੇ ਵਰਕ ਵੀ ਕਰਾਉਂਦੇ ਆ, ਸਕੈਚਿੰਗ ਦਾ ਵੀ ਕਰਾਉਂਦੇ ਆ, ਸੋ ਉੱਥੇ ਜਿਹੜੇ ਸਟੂਡੈਂਟ ਦਾ ਜਿਸ ਸਟ੍ਰੀਮ ਦੇ ਵਿੱਚ ਹੱਥ ਵਧੀਆ ਹੁੰਦਾ ਫਿਰ ਉਸ ਨੂੰ ਉਸ ਦੀ ਜ਼ਿਆਦਾ ਪ੍ਰੈਕਟਿਸ ਕਰਵਾਈ ਜਾਂਦੀ ਹੈ ਤਾਂ ਕਿ ਬੱਚਾ ਨਿਖਰ ਸਕੇ। ਜਿਹੜਾ ਕੈਲੀਗ੍ਰਾਫੀ ਤੇ ਸਕੈਚ ਹੈ ਇਹਨਾਂ ਦੇ ਵਿੱਚ ਕੋਈ ਸੰਬੰਧ ਦੇਖਦੇ ਹੋ ਤੁਸੀਂ?
जी सर, इस विच भी संबंध है जी, मतलब कि स्केचिंग करवा के उस दे उपर जे वधिया तरह अक्षरकारी जो उसका नाम वगैरह आप राइट करवाने तो ज्यादा प्रभाव पैंदा जी। कैलीग्राफी दे विच तुसी अग्गे भी ट्रेनिंग देनी शुरू कीती है बच्चा नूं कि हले कुछ ही सिख रहे हो? सर ट्रेनिंग दा कैलीग्राफी तां नहीं, हजे स्केचिंग दी मतलब क्लासेस लगाईआं सी पिछले बठिंडा च समर समर वेकेशन च क्लासेस लगाईआं सी स्केचिंग दी। कैलीग्राफी तो हुण स्टार्ट कीता है। केड़ी उम्र दे बच्चे उहदे च तुसी लाए? उहदे च सर मतलब कि 4-5 साल तो लैके ते अपने कोल 25-26 साल तक दे स्टूडेंट आए सी। ਹਾਂਜੀ ਸਾਡੀ ਆਪਦੀ ਏਜ ਦੇ ਬਰਾਬਰ ਦੇ ਬੱਚੇ ਵੀ ਆਏ ਸੀ, ਉਹਨਾਂ ਨੂੰ ਵੀ ਸਾਡਾ ਵਰਕ ਅੱਛਾ ਲੱਗਾ, ਉਹਨਾਂ ਦੇ ਮਾਤਾ ਪਿਤਾ ਜਿਵੇਂ ਮਿਲਿਆ ਸਾਨੂੰ ਦੇਖਦੇ ਆ ਜੋ ਕੰਟੈਕਟ ਨੰਬਰ ਲੈ ਜਾਂਦੇ, ਫਿਰ ਕੰਟੈਕਟ ਕਰਕੇ ਜਦੋਂ ਬੱਚੇ ਇਕੱਠੇ ਹੋ ਜਾਂਦੇ ਆ ਤਾਂ ਉਹਨਾਂ ਦੀ ਕਲਾਸਿਸ ਸਟਾਰਟ ਕਰਦੇ ਆ। ਆਪਣੇ ਬਰਾਬਰ ਦੇ ਜਾਂ ਆਪਣੇ ਵੱਡਿਆਂ ਨੂੰ ਹਾਂਜੀ ਸਿਖਾਉਣ ਚ ਕਿੰਨੀ ਕੁ ਮੁਸ਼ਕਲ ਆਉਂਦੀ? ਸਰ ਮੁਸ਼ਕਿਲ ਨਹੀਂ ਆਉਂਦੀ, ਮੁਸ਼ਕਿਲ ਉਦੋਂ ਆਉਂਦੀ ਹੈ ਜਦੋਂ ਮਤਲਬ ਕਿ ਅਗਲਾ ਮਤਲਬ ਕਿ ਵੈਸੇ ਹੀ ਅਗਲੇ ਪੇਰੈਂਟਸ ਫੋਰਸ ਕਰਕੇ ਲਾ ਦਿੰਦੇ ਆ ਨਾ ਜੀ, ਉਦੋਂ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਕਿਉਂਕਿ ਬੱਚੇ ਦੇ ਵਿੱਚ ਇੱਛਾ ਨਹੀਂ ਹੁੰਦੀ ਕਰਨ ਦੀ। ਪਰ ਜਦੋਂ ਬੱਚੇ ਦਾ ਆਪਦਾ ਸ਼ੌਂਕ ਹੋਵੇ ਕਿ ਹਾਂ ਮੈਂ ਸਿੱਖਣਾ, ਫਿਰ ਕੋਈ ਮੁਸ਼ਕਿਲ ਨਹੀਂ, ਫਿਰ ਸਿਰਫ ਉਹਨੂੰ ਦੱਸਣ ਦੀ ਲੋੜ ਹੁੰਦੀ ਹੈ, ਉਹ ਕਰ ਆਪੇ ਲੈ ਜਾਂਦੇ। ਤੁਸੀਂ ਜਿਹੜੇ ਸਕੈਚ ਬਣਾਉਂਦੇ ਹੋ ਸਿਰਫ ਜਿਹੜੇ ਵਿਅਕਤੀ ਆਮ ਆ ਜਾਂਦੇ ਉਹਨਾਂ ਦੇ ਬਣਾਉਂਦੇ ਹੋ ਕਿ ਵਿਸ਼ੇਸ਼ ਸ਼ਖਸੀਅਤਾਂ ਦੇ ਵਿੱਚ ਸਕੈਚ ਬਣਾਉਂਦੇ? ਸਰ ਵਿਸ਼ੇਸ਼ ਲੋਕਾਂ ਦੇ ਵੀ ਸਕੈਚ ਬਣਾਉਣੇ ਜੀ, ਆਪਣੇ ਕੋਲ ਇੱਥੇ ਸਕੈਚ ਪਿਆ। ਅੱਜ ਕਨਵਰ ਗਰੇਵਾਲ ਸਾਹਿਬ ਆ ਰਹੇ ਹਨ, ਉਹਨਾਂ ਦਾ ਪੋਰਟਰੇਟ ਬਣਾਇਆ ਜੋ ਉਹਨਾਂ ਨੂੰ ਪੋਰਟਰੇਟ ਗਿਫਟ ਕਰਨਾ ਹੈ ਜੀ। ਇਸ ਤਰ੍ਹਾਂ ਵਿਸ਼ੇਸ਼ ਰੂਪ ਨਾਲ ਜੋ ਵੀ ਆਉਂਦਾ ਉਹਨਾਂ ਦਾ ਅਸੀਂ ਅੱਗੇ ਵੀ ਕਰਦੇ ਰਹਿੰਦੇ ਹਾਂ, ਜਿਵੇਂ ਕਿ ਸਾਹਿਲ ਸੁਲਤਾਨ ਜੀ ਨੇ ਆਉਣਾ, ਉਹਨਾਂ ਦਾ ਵੀ ਪੋਰਟਰੇਟ ਬਣਾਇਆ ਹੈ ਜੀ। ਆਹ ਗਰੇਵਾਲ ਸਾਹਿਬ ਦਾ ਪੋਰਟਰੇਟ ਹੈ ਜੀ। ਇੱਕ ਕਮਲ ਗਰੇਵਾਲ ਦਾ ਸਕੈਚ ਤੁਸੀਂ ਫੋਟੋ ਤੇ ਬਣਾਇਆ ਹੋਏਗਾ? ਹਾਂਜੀ ਹਾਂਜੀ, ਇਹ ਫੋਟੋ ਤੋਂ ਬਣਾਇਆ ਸੀ। ਲਾਈਵ ਵੀ ਬਣਾਉਣੇ ਹੋ? ਹਾਂਜੀ ਹਾਂਜੀ, ਲਾਈਵ ਵੀ ਜੇ ਕੋਈ ਆ ਕੇ ਬੈਠ ਜਾਏ ਸਰ, ਕਿਉਂਕਿ ਵਿਸ਼ੇਸ਼ ਜੋ ਆਉਂਦੇ ਉਹਨਾਂ ਨੂੰ ਇੰਨਾ ਟਾਈਮ ਨਹੀਂ ਹੁੰਦਾ ਨਾ ਕਿ ਸਾਹਮਣੇ ਆ ਕੇ ਬੈਠ ਸਕਣ, ਤਾਂ ਕਰਕੇ ਲਾਈਵ ਇੱਕ ਸਕੈਚ ਕਿੰਨੇ ਚਿਰ ਚ ਬਣ ਜਾਂਦਾ? ਇਹ 10 ਤੋਂ 15 ਮਿੰਟ ਦੇ ਵਿੱਚ ਤਿਆਰ ਹੋ ਜਾਂਦਾ ਜੀ। ਹਾਂਜੀ ਚਲੋ, ਬਹੁਤ ਅੱਛਾ ਲੱਗਿਆ ਸਾਹਿਲ, ਪ੍ਰਮਾਤਮਾ ਤੁਹਾਡੇ ਗਰੁੱਪ ਨੂੰ ਚੜ੍ਹਦੀ ਕਲਾ ਬਖਸ਼ੇ। ਤੁਸੀਂ ਉਸ ਧਰਤੀ ਤੋਂ ਆ ਰਹੇ ਹੋ ਜਿੱਥੇ ਗੁਰੂ ਸਾਹਿਬਾਨ ਦਾ ਵਰਦਾਨ ਹੈ, ਗੁਰੂ ਦਾ ਬਹੁਤ ਆਸ਼ੀਰਵਾਦ ਹੈ। ਸਰ ਸਾਨੂੰ ਵੀ ਬਹੁਤ ਚੰਗਾ ਲੱਗਿਆ ਕਿ ਤੁਸੀਂ ਆ ਕੇ ਸਾਡਾ ਇੰਟਰਵਿਊ ਲਿਆ, ਤੁਸੀਂ ਲੋਕਾਂ ਦਿਖਾਓਗੇ, ਲੋਕ ਵੀ ਵੱਧ ਤੋਂ ਵੱਧ ਸਾਡੇ ਕੋਲ ਆਉਣਗੇ, ਸਕੈਚ ਵਗੈਰਾ ਬਣਵਾਉਣਗੇ, ਜਾਂ ਜੋ ਸਿੱਖਣਾ ਚਾਹੁੰਦੇ ਆ ਉਹਨਾਂ ਨੂੰ ਵੀ ਅਸੀਂ ਇਹੀ ਕਵਾਂਗੇ ਕਿ ਸਾਡੇ ਨਾਲ ਕੰਟੈਕਟ ਕਰ ਸਕਦੇ ਆ। ਅਸੀਂ ਆਪਦੀ ਇੰਸਟਾ ਆਈਡੀ ਤੁਸੀਂ ਵਿੱਚ ਮੈਂਸ਼ਨ ਕਰਾ ਦਿਆ ਜੀ, ਬਹੁਤ ਬੋਲ ਦੋ। ਸਾਡੀ ਇੰਸਟਾ ਆਈਡੀ ਮਤਲਬ ਕਿ ਆਈ ਰਵਿੰਦਰ ਆਰਟਿਸਟ ਦੇ ਨਾਂ ਤੇ ਆ ਜੀ, ਰਵਿੰਦਰ ਸਿੰਘ ਆਰਟਿਸਟ ਦੇ ਨਾਂ ਤੇ ਇੰਸਟਾ ਆਈਡੀ ਆ, ਉੱਥੋਂ ਹੀ ਅਸੀਂ ਸਾਰੇ ਕੰਟੈਕਟ ਦਿੰਦੇ ਹਾਂ ਜੀ। ਬਹੁਤ ਅੱਛਾ ਲੱਗਾ ਸਾਹਿਤ, ਤੇ ਤੁਸੀਂ ਬਹੁਤ ਜ਼ਰੂਰੀ ਹੁੰਦਾ ਕਿ ਕਿੱਤਾ ਉਹੀ ਬਣਾਉਣਾ ਚਾਹੀਦਾ ਜਿਹਦੇ ਵਿੱਚ ਸ਼ੌਕ ਹੋਵੇ। ਹਾਂਜੀ ਸਰ, ਤੁਹਾਡੇ ਸ਼ੌਕ ਚੋਂ ਜਦੋਂ ਕਿੱਤਾ ਨਿਕਲੇਗਾ ਨਾ ਤਾਂ ਉਹਦੀ ਦੂਰੀ ਕਮਾਈ ਹੁੰਦੀ ਹੈ, ਇੱਕ ਸਮਾਜ ਨੂੰ ਸੇਧ ਵੀ ਜਾਂਦੀ ਹੈ ਔਰ ਨਾਲ ਨਾਲ ਤੁਹਾਡੀ ਜੇਬ ਨੂੰ ਵੀ ਜਿਹੜੀ ਹੈਗੀ ਸੇਧ ਜਾਂਦੀ ਹੈ, ਤਾਂ ਜੋ ਤੁਸੀਂ ਆਪਣੀਆਂ ਜਿਵੇਂ ਤੁਸੀਂ ਕਿਹਾ ਫੀਸਾਂ ਭਰ ਸਕਦੇ ਹੋ, ਜ਼ਿੰਦਗੀ ਚ ਤਰੱਕੀ ਕਰੋ। ਸੋ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਸਾਰਾ ਗਰੁੱਪ ਮੌਜੀ ਬੰਦੇ ਗਰੁੱਪ ਕੈਂਪਿੰਗ ਗਰੁੱਪ, ਅਸੀਂ ਘੁੰਮਣ ਫਿਰਨ ਵਾਲੇ ਬੰਦੇ ਹਾਂ ਤੇ ਸਾਨੂੰ ਇਹ ਚੀਜ਼ਾਂ ਥੋੜ੍ਹੀਆਂ ਜ਼ਿਆਦਾ ਮੋਹਦੀਆਂ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਜੀ। ਥੈਂਕ ਯੂ, ਥੈਂਕ ਯੂ ਸਰ। ਸਾਡਾ ਰੰਗ ਰੂਪ ਖਾਸ ਨਾ